ਹੈਲੋ ਦੋਸਤੋ, ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਅੰਦਰ ਵੱਖ ਵੱਖ ਤਰ੍ਹਾਂ ਦੀਆਂ ਜੋ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਇਹਨਾਂ ਪੋਸਟਾਂ ਬਾਰੇ ਤੁਹਾਨੂੰ ਦੱਸਾਂਗੇ। ਉਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ, ਸਾਡੇ ਇਸ ਚੈਨਲ ਉੱਪਰ ਆਉਣ ਵਾਲੀ ਹਰ ਇੱਕ ਗੌਰਮੈਂਟ ਜੋਬ ਬਾਰੇ ਦੱਸਿਆ ਜਾਂਦਾ ਹੈ ਅਤੇ ਤੁਸੀਂ ਕਿਸੇ ਵੀ ਫਾਰਮ ਨੂੰ ਆਨਲਾਈਨ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਇਹ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਸਟੱਡੀ ਮਟੀਰੀਅਲ ਰਿਲੇਟਡ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਨੇ। ਜੇਕਰ ਤੁਸੀਂ ਸਾਡੇ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਦੋਸਤੋ, ਜੋ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਹੈ, ਐਡਵਰਟਾਈਜ਼ਮੈਂਟ ਨੰਬਰ 1/2020 ਹੈ। ਜਿਨ੍ਹਾਂ ਨੂੰ ਅਪਲਾਈ ਕਰਨ ਦੀ ਡੇਟ ਆਖਰੀ ਡੇਟ ਰਹਿਣੀ ਹੈ 24 ਅਪ੍ਰੈਲ 2020। ਇਹ ਆਫਲਾਈਨ ਫਾਰਮ ਰਹਿਣੇ ਨੇ। ਹੁਣ ਤੁਹਾਨੂੰ ਐਡਵਰਟਾਈਜ਼ਮੈਂਟ ਦਿਖਾ ਦਿੰਦੇ ਹਾਂ। ਦੋਸਤੋ, ਇਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜੋ ਪੋਸਟਾਂ ਨੇ, ਇਹ ਟੋਟਲ 56 ਤਰ੍ਹਾਂ ਦੀਆਂ ਪੋਸਟਾਂ ਨੇ, ਜਿਨ੍ਹਾਂ ਵਿੱਚ ਕਲਰਕ ਦੀਆਂ ਪੋਸਟਾਂ ਵੀ ਰਹਿਣੀਆਂ ਨੇ, ਲੈਬੋਰਟਰੀ ਅਸਿਸਟੈਂਟ। ਇਹ ਤੁਹਾਨੂੰ ਪੂਰੀ ਡਿਟੇਲ ਵਿੱਚ ਤਾਂ ਨਹੀਂ ਦੱਸਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਵੇਗੀ। ਤੁਹਾਨੂੰ ਅੱਗੇ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਨਾ ਹੈ। ਬਾਕੀ ਤੁਹਾਨੂੰ ਜੋ ਮੇਨ ਜਾਣਕਾਰੀ ਇਸ ਵਿੱਚ ਦੱਸ ਦਿੰਦੇ ਹਾਂ, ਜੋ ਇਹ ਪੋਸਟਾਂ ਦਾ ਜੋ ਫਸਟ ਸੈਕਿੰਡ ਥਰਡ ਇਹ ਸੀਰੀਅਲ ਵਾਈਜ਼ ਤੁਹਾਨੂੰ ਪੋਸਟਾਂ ਦਿੱਤੀਆਂ ਹੋਈਆਂ ਨੇ, ਜੋ ਇਹਨਾਂ ਦੇ ਨੀਚੇ ਤੁਹਾਨੂੰ ਐਪਲੀਕੇਸ਼ਨ ਯਾਨੀ ਕਿ ਤੁਹਾਡੀ ਫੀਸ ਕੀ ਰਹੇਗੀ ਉਹ ਦੱਸੀ ਹੋਈ ਹੈ। ਜੋ ਸੀਰੀਅਲ ਵਾਈਜ਼ ਪੋਸਟਾਂ ਨੇ 1 ਤੋਂ 21 ਤੱਕ, ਇਹਨਾਂ ਦੀ ਜੋ ਤੁਹਾਡੀ ਫੀਸ ਰਹੇਗੀ 2000 ਰੁਪਿਆ। ਜੋ ਸੀਰੀਅਲ ਵਾਈਜ਼ ਪੋਸਟਾਂ ਨੇ 22 ਤੋਂ 27, 43 ਤੋਂ 48, 53 ਤੋਂ 54, ਇਹਨਾਂ ਪੋਸਟਾਂ ਦੀ ਫੀਸ ਰਹੇਗੀ 1500 ਰੁਪਿਆ। ਜੋ ਸੀਰੀਅਲ ਨੰਬਰ 28 ਤੋਂ 33, 49, 50, 55, 57, ਇਹਨਾਂ ਦੀ ਜੋ ਫੀਸ ਰਹੇਗੀ 1000 ਰੁਪਿਆ। ਸੀਰੀਅਲ ਨੰਬਰ 34 ਤੋਂ 42, 51 ਅਤੇ 52, ਇਹਨਾਂ ਦੀ ਜੋ ਫੀਸ ਰਹੇਗੀ 300 ਰੁਪਿਆ। ਇਹ ਤੁਹਾਡਾ ਜੋ ਫਾਰਮ ਆਫਲਾਈਨ ਰਹਿਣਾ ਹੈ ਅਤੇ ਤੁਹਾਨੂੰ ਇਹ ਡਿਮਾਂਡ ਡਰਾਫਟ ਲਗਾਉਣਾ ਪਏਗਾ ਕਟਵਾ ਕੇ। ਉਸ ਤੋਂ ਬਾਅਦ ਤੁਹਾਨੂੰ ਨੀਚੇ ਇਹਨਾਂ ਦੇ ਜੋ ਪੇ ਸਕੇਲ ਦਿੱਤਾ ਹੋਇਆ ਸੀਰੀਅਲ ਵਾਈਜ਼ ਤੁਹਾਡਾ ਕੀ ਰਹੇਗਾ। ਹੁਣ ਦੋਸਤੋ ਤੁਹਾਨੂੰ ਦਿਖਾ ਦਿੰਦੇ ਹਾਂ ਤੁਸੀਂ ਇਸ ਐਡਵਰਟਾਈਜ਼ਮੈਂਟ ਨੂੰ ਕਿਸ ਤਰ੍ਹਾਂ ਦੇਖਣਾ ਹੈ ਅਤੇ ਪਰਫਾਰਮਾ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ। ਤੁਸੀਂ ਆਪਣੇ ਗੂਗਲ ਵਿੱਚ ਸਰਚ ਕਰ ਲੈਣਾ ਹੈ ਗੁਰੂ ਅੰਗਦ ਦੇਵ ਯੂਨੀਵਰਸਿਟੀ ਰਿਕਰੂਟਮੈਂਟ। ਉਸ ਤੋਂ ਬਾਅਦ ਤੁਹਾਨੂੰ ਉੱਪਰ ਹੀ ਦਿਖਾਈ ਦੇਵੇਗਾ ਜੋਬ ਨੋਟਿਸ, ਠੀਕ ਹੈ ਜੀ। ਤੁਸੀਂ ਇਸ 'ਤੇ ਕਲਿੱਕ ਕਰ ਲੈਣਾ ਹੈ। ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਜੋ ਯੂਨੀਵਰਸਿਟੀ ਦਾ ਰਿਕਰੂਟਮੈਂਟ ਰਿਲੇਟਡ ਜੋ ਹੋਮ ਪੇਜ ਹੈ ਉਹ ਦਿਖਾਈ ਦੇਵੇਗਾ। ਉਸ ਤੋਂ ਬਾਅਦ ਤੁਸੀਂ ਨੀਚੇ ਚਲੇ ਜਾਣਾ ਹੈ। ਇਸ ਤੋਂ ਬਾਅਦ ਤੁਹਾਨੂੰ ਦਿਖਾਈ ਦੇਵੇਗਾ ਐਡਵਰਟਾਈਜ਼ਮੈਂਟ ਨੰਬਰ 1/2020 ਜੋ ਕਿ 22 ਮਾਰਚ ਨੂੰ ਪਬਲਿਸ਼ ਹੋਇਆ ਹੈ। ਤੁਸੀਂ ਇਸ ਤੇ ਕਲਿੱਕ ਕਰ ਲੈਣਾ ਹੈ। ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਜੋ ਨੀਚੇ ਐਡਵਰਟਾਈਜ਼ਮੈਂਟ ਬਾਰੇ ਦੱਸਿਆ ਹੋਇਆ ਹੈ ਇੱਥੇ ਤੁਹਾਨੂੰ ਜੋ ਅਸੀਂ ਪਹਿਲਾਂ ਨੋਟੀਫਿਕੇਸ਼ਨ ਦਿਖਾ ਚੁੱਕੇ ਹਾਂ ਤੁਸੀਂ ਇੱਥੋਂ ਦੇਖ ਸਕਦੇ ਹੋ, ਇੱਥੋਂ ਡਾਊਨਲੋਡ ਕਰ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਜੋ ਵੀ ਪੋਸਟ ਨੂੰ ਅਪਲਾਈ ਕਰ ਰਹੇ ਹੋ, ਜੋ ਤੁਹਾਡੀ ਸੀਰੀਅਲ ਵਾਈਜ਼ ਪੋਸਟ ਹੈ, ਉਹ ਤੁਸੀਂ ਪਰਫਾਰਮਾ ਡਾਊਨਲੋਡ ਕਰ ਲੈਣਾ ਹੈ। ਜੋ ਕਿ 3 ਤਰ੍ਹਾਂ ਜੋ ਪਰਫਾਰਮਾ ਹੈ, ਜੋ 1 ਤੋਂ 26, 43, 48 ਤੇ 53 ਨੰਬਰ ਪੋਸਟ ਹੈ ਉਸ ਦਾ ਜੋ ਪਰਫਾਰਮਾ ਉੱਪਰ ਹੈ। ਉਸ ਤੋਂ ਬਾਅਦ 27 ਅਤੇ 54 ਪੋਸਟਾਂ ਦਾ ਸੈਕਿੰਡ ਪਰਫਾਰਮਾ ਹੈ। ਜੋ ਥਰਡ ਪਰਫਾਰਮਾ ਹੈ 28 ਤੋਂ 42, 49 ਤੋਂ 52, 55 ਤੇ 57, ਠੀਕ ਹੈ ਜੀ। ਤੁਸੀਂ ਇਸ ਪਰਫਾਰਮੇ ਨੂੰ ਡਾਊਨਲੋਡ ਕਰਕੇ ਭਰ ਕੇ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਾ ਦੇਣਾ। ਅੱਜ ਦੀ ਵੀਡੀਓ ਸਮਾਪਤ ਹੋਈ ਦੋਸਤੋ। ਜੇਕਰ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ।